ਬਾਈ ਜੀ ਜਿਸ ਤਰ੍ਹਾਂ ਅੱਜ ਮੇਲਾ ਲੱਗਿਆ ਹੋਇਆ ਹਰ ਇੱਕ ਦੋਸਤ ਆਪਣੇ ਆਪਣੇ ਪਰਿਵਾਰ ਖਾਤਰ ਆਪਣੇ ਆਪਣੇ ਦੋਸਤ ਖਾਤਰ ਕੋਈ ਨਾ ਕੋਈ ਚੀਜ਼ ਖਰੀਦ ਕੇ ਲੈ ਕੇ ਜਾਂਦਾ ਦੁਕਾਨਾਂ ਲੱਗੀਆਂ ਹੋਈਆਂ ਖੂਬਸੂਰਤ ਕੋਈ ਦੋਸਤ ਕਿਸੇ ਦੋਸਤ ਦੀ ਖਾਤਰ ਇੱਕ ਤਵੀਤੀ ਲੈ ਜਾਂਦਾ ਤੈਨੂੰ ਕਾਂਠਾ ਨਾ ਬਣਾ ਲਾਂਗੇ ਤਵੀਤੀ ਲੈ ਜਾਂਦਾ ਥੋੜੇ ਕੁ ਦਿਨਾਂ ਬਾਅਦ ਕਿਸੇ ਦੋਸਤ ਨੂੰ ਰੋਕ ਕੇ ਪੁੱਛਦਾ ਵੀ ਯਾਰ ਤਵੀਤੀ ਵੀ ਪਾ ਲਈ ਕੰਮ ਗੱਲ ਦੇ ਵਿੱਚ ਮਾੜਾ ਮੋਟਾ ਝਾਕ ਝੁਕ ਪਿਆ ਕਰ ਕਾਲੇ ਕਹਿੰਦੀ ਕਿਤੇ ਪਰ ਉਹ ਪਰਿਵਾਰ ਕੁੜੀ ਆ ਉਹਨੂੰ ਸਮਝਾਉਂਦੀ ਆ ਵੀ ਤਵੀਤੀ ਚੱਕਣੀ ਆ ਤਾਂ ਲੈ ਲਾ ਤੇ ਪਰ ਇੱਧਰ ਝੱਕ ਝੁਕਣ ਦੀ ਲੋੜ ਨਹੀਂ ਉਹ ਕੀ ਕਹਿੰਦਾ ਉਹ ਕੀ ਕਹਿੰਦੀ ਆਓ ਜੀ